ਸਸੀ ਗੱਲ ਦੀ ਜ਼ਰਿਆ ਨੂੰ ਆਈ ਵੀ ਸਾਰੇ ਬਹੁਤ ਵਧੀਆ ਹੋਣਗੇ ਅੱਜ ਆਪਾਂ ਜਿਹੜੇ ਟਾਪਿਕ ਤੇ ਗੱਲ ਕਰਨ ਲੱਗੇ ਹਾਂ ਨਾ ਉਹ ਟਾਪਿਕ ਉਹਨਾਂ ਵਾਸਤੇ ਬਹੁਤ 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 ਹੀ ਜ਼ਿਆਦਾ ਜ਼ਰੂਰੀ ਹੈ ਜਿਹੜੇ ਬੰਦਿਆਂ ਨੇ ਹਲੇ ਆਪਦੇ ਵੀਕਲ ਦੀ ਡਿਲੀਵਰੀ ਲੈਣੀ ਹੈ ਐਕਚੁਅਲੀ ਮੇਰੇ ਕੋਲ ਇੱਕ ਕਮੈਂਟ ਆਇਆ ਸੀ ਐਂਡ ਕਿਸੇ ਬੰਦੇ ਨੇ ਰਿਕੁਐਸਟ ਕੀਤੀ ਸੀ ਕਿ ਸਰ ਪੀ ਡੀ ਆਈ ਜਿਹਨੂੰ ਪ੍ਰੀ ਡਿਲੀਵਰੀ ਇਨਸਪੈਕਸ਼ਨ ਕਹਿੰਦੇ ਆ ਉਹਦੇ ਉੱਤੇ ਸਰ ਪਲੀਜ਼ ਵੀਡੀਓ ਬਣਾਓ ਕਿ ਉਹ ਬਾਈ ਦੀ ਬਾਈਕ ਦੀ ਡਿਲੀਵਰੀ ਸੀਗੀ ਸੋ ਮੈਂ ਸੋਚਿਆ ਕਿ ਕਿਉਂ ਨਾ ਇਹ ਤੇ ਵੀਡੀਓ ਬਣਾ ਕੇ ਤੁਹਾਨੂੰ ਸਾਰਾ ਡਿਸਕ੍ਰਾਈਬ ਕੀਤਾ ਜਾਵੇ ਕਿ ਜਦੋਂ ਵੀ ਆਪਦੀ ਵੀਕਲ ਦੀ ਡਿ ਉਦੋਂ ਪਹਿਲਾਂ ਅਸੀਂ ਪੀਡੀਆਈ ਦੇ ਵਿੱਚ ਕੀ ਕੀ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਚੈੱਕ ਕਰਨੀਆਂ ਕਿਉਂਕਿ ਮੈਂ ਨਹੀਂ ਚਾਹੁੰਦਾਗਾ ਜਾਂ ਕੋਈ ਵੀ ਨਹੀਂ ਚਾਹੁੰਦਾ ਹੁੰਦਾ ਕਿ ਉਹਦੀ ਹਾਰਡ ਅਰਨ ਮਨੀ ਹੈ ਜਿਹੜੀ ਉਹ ਕਿਸੇ ਗਲਤ ਪ੍ਰੋਡਕਟ ਤੇ ਜਾਂ ਕਿਸੇ ਮਾੜੀ ਮੋਟੀ ਵੀ ਮਤਲਬ ਖਰਾਬ ਚੀਜ਼ ਦੇ ਉੱਤੇ ਸਪੈਂਡ ਹੋ ਜੇ ਹਨਾ ਸੋ ਧਿਆਨ ਨਾਲ ਵੀਡੀਓ ਦੇਖਿਓ ਸਟਾਰਟਿੰਗ ਤੋਂ ਲੈ ਕੇ ਇਹਨਾਂ ਤੱਕ ਮੈਂ ਕੱਲੀ-ਕੱਲੀ ਚੀਜ਼ ਡਿਸਕ੍ਰਾਈਬ ਕਰਦਾ ਕਿ ਤੁਹਾਨੂੰ ਕਿਹੜੀ-ਕਿਹੜੀ ਚੀਜ਼ਾਂ ਜਿਹੜੀ ਅਸੀਂ ਪੀਡੀਆਈ ਦੇ ਵਿੱਚ ਚੈੱਕ ਕਰਨੀਆਂ ਸਭ ਤੋਂ ਪਹਿਲਾਂ ਕੰਮ ਜਿਹੜਾ ਅਸੀਂ ਪੀਡੀਆਈ ਦੇ ਵਿੱਚ ਕਰਨਾ ਹੈ ਅਸੀਂ ਆਪਦੇ ਵੀਕਲ ਨੂੰ ਡੀਲਰਸ਼ਿਪ ਤੇ ਜਾ ਕੇ ਉਹਨੂੰ ਤੇ ਸਭ ਤੋਂ ਪਹਿਲਾਂ ਅਸੀਂ ਉਹਦੇ ਜਿਹੜਾ ਪੇਂਟ ਹੈ ਪੇਂਟ ਨੂੰ ਚੈੱਕ ਕਰੋ ਕਿ ਪੇਂਟ ਕਿਤੋਂ ਉਹਦੇ ਉੱਤੇ ਸਕ੍ਰੈਚ ਤਾਂ ਨਹੀਂ ਛੋਟੇ-ਮੋਟੇ ਸਕ੍ਰੈਚਸ ਹੋ ਸਕਦੇ ਆ ਕਿਉਂਕਿ ਉਹ ਨੇਚਰਲ ਆ ਮਾੜੇ-ਮੋٹے ਮਿੱਟੀ ਨਾਲ ਪੈ ਸਕਦੇ ਆ ਜਿਵੇਂ ਹਲਕੇ-ਫੁਲਕੇ ਸਕ੍ਰੈਚ ਬਟ ਕੋਈ ਮੇਜਰ ਡੈਂਟ ਨਾ ਹੋਵੇ ਕੋਈ ਮੇਜਰ ਸਕ੍ਰੈਚ ਨਾ ਹੋਵੇ ਸਭ ਤੋਂ ਪਹਿਲਾਂ ਅਸੀਂ ਉਹ ਚੈੱਕ ਕਰਨਾ ਹੈ ਤੇ ਉਹਨੂੰ ਚੈੱਕ ਕਰਨ ਨਾਲ ਸੇ ਤੁਹਾਨੂੰ ਇਹ ਚੀਜ਼ ਮੇਕ ਸ਼ੋਰ ਕਰਨੀ ਪੈਣੀ ਕਿ ਤੁਸੀਂ ਧੁੱਪੇ ਖੜਾਓ ਕਿਉਂਕਿ ਧੁੱਪ ਦੇ ਵਿੱਚ ਹੀ ਰੰਗ ਹੈ ਜਿਹੜਾ ਉਹ ਬਿਲਕੁਲ ਸਾਫ਼ ਚਮਕ ਕੇ ਆਉਂਦਾ ਤੇ ਉਹਦੇ ਉੱਪਰ ਜੂ ਨਿੱਕੇ-ਮੋਟੇ ਵੀ ਜੇ ਕੋਈ ਹੁੰਦੇ ਆ ਕੋ ਉਸ ਤੋਂ ਬਾਅਦ ਸੈਕੰਡ ਥਿੰਗ ਜਿਹੜੀ ਤੁਸੀਂ ਚੈੱਕ ਕਰਨੀ ਹੈ ਉਹ ਕਰਨੀ ਹੈ ਜੇ ਜੋਇੰਟਸ ਮਤਲਬ ਜਿੱਥੇ ਵੀ ਕਿਤੇ ਵੈਲਡਿੰਗ ਦਾ ਜੋਇੰਟ ਹੈ ਜਾਂ ਸਾਇਲੈਂਸਰ ਦਾ ਜਾਂ ਕਿਤੇ ਵੀ ਜੋਇੰਟ ਹੈਗੇ ਆ ਤੁਸੀਂ ਉਹ ਚੈੱਕ ਕਰੋ ਕਿ ਉਥੇ ਕਿਸੇ ਤਰ੍ਹਾਂ ਦਾ ਕੋਈ ਜੰਗਾਲ ਤਾਂ ਨਹੀਂ ਲੱਗੀ ਹੋਈਗੀ ਮਤਲਬ ਕਿਤੇ ਜੰਗ ਦੇ ਪਾਰਟੀਕਲਸ ਤਾਂ ਨਹੀਂਗੇ ਕਿਉਂਕਿ ਜਿੱਥੇ ਮਤਲਬ ਮੇਨਲੀ ਜੋਇੰਟ ਹੁੰਦੇ ਹਨਾ ਉਥੇ ਕਈ ਵਾਰੀ ਪੇਂਟ ਨਹੀਂ ਲੱਗਦਾ ਕਿ ਐਂਡ ਉਥੇ ਜੰਗਾਲ ਪੈਣ ਦੇ ਚਾਂਸਸ ਸਭ ਤੋਂ ਵੱਧ ਹੁੰਦੇ ਆ ਜੇ ਤੁਹਾਡੇ ਨਵੇਂ ਵੀਕਲ ਦੇ ਵਿੱਚ ਇਹ ਪ੍ਰੋਬਲਮ ਤੁਹਾਨੂੰ ਲੱਗ ਰਹੀ ਹੈ ਤਾਂ ਤੁਸੀਂ ਉਹ ਚੀਜ਼ ਨੂੰ ਉੱਥੇ ਉਹਨਾਂ ਕੰਪਨੀਆਂ ਨੂੰ ਆਖੋ ਕਿ ਸਰ ਇਹ ਪ੍ਰੋਬਲਮ ਮੈਨੂੰ ਹੈਗੀ ਐਂਡ ਮੈਨੂੰ ਇਹ ਚੀਜ਼ ਨਹੀਂ ਚਾਹੀਦੀਗੀ ਜਾਂ ਤਾਂ ਇਹਨੂੰ ਸਹੀ ਕਰਕੇ ਦਿਓ ਨਹੀਂ ਤਾਂ ਮੇਰੀ ਇਸ ਜਗ੍ਹਾ ਦੇ ਕੋਈ ਹੋਰ ਵੀਕਲ ਮੈਨੂੰ ਦਿਓ ਤੀਸਰੀ ਚੀਜ਼ ਜਿਹੜੀ ਸੀ ਚੈੱਕ ਕਰਨੀ ਹੈ ਉਹ ਹੈਗੀ ਜੀ ਇਹਦੇ ਇਲੈਕਟ੍ਰੋਨਿਕ ਪਾਰਟਸ ਮਤਲਬ ਜਿੰਨੇ ਵੀ ਇਹਦੇ ਇਲੈਕਟ੍ਰੀਕਲ ਇਲੈਕਟ੍ਰੋਨਿਕ ਪਾਰਟਸ ਆ ਜਿਵੇਂ ਇਹਨੀਆਂ ਸਵਿਚੇਜ਼ ਹੋ ਗਈਆਂ ਹੈੱਡਲਾਈਟ ਹੋ ਗਈ ਹੈੱਡਲਾਈਟ ਦਾ ਲੈਵਲ ਚੈੱਕ ਕਰੋ ਇਹ ਕਿਲੋਮੀਟਰ ਹੋ ਗਿਆ ਜਿਵੇਂ ਮੇਰੇ ਲਈ ਬਾਈਕ ਦੇ ਵਿੱਚ ਹੈਡਲਾਈਟ ਲੈਵਲਿੰਗ ਦੀ ਪ੍ਰੋਬਲਮ ਸੀਗੀ ਮੀਟਰ ਚੈੱਕ ਕਰੋ ਐਂਡ ਮੀਟਰ ਦਾ ਆਡੋ ਜਰੂਰ ਚੈੱਕ ਕਰੋ ਕਿ ਤੁਹਾਡਾ ਵਹੀਕਲ ਚੱਲਿਆ ਕਿੰਨੇ ਕਿਲੋਮੀਟਰ ਹੋਇਆ ਵੈਸੇ ਤਾਂ ਕੀ ਕੀ ਡੀਲਰਸ਼ਿਪ ਕੀ ਕਰਦੀ ਹੈ ਕਿ ਮਲੇ ਦੀ ਵਾਇਰ ਵਗੈਰਾ ਕੱਢ ਦਿੰਦੇ ਆ ਐਂਡ ਇਹਨੂੰ ਚਲਾਈ ਜਾਂਦੇ ਰਹਿੰਦੇ ਬਟ ਫਿਰ ਵੀ ਆਪਾਂ ਆਪਣੀ ਥੱਲੇ ਲਈ ਇੱਕ ਵਾਰੀ ਜਰੂਰ ਤੈਨੂੰ ਚੈੱਕ ਕਰਨਾ ਕਿ ਕਿੰਨੇ ਕਿਲੋਮੀਟਰ ਚੱਲਿਆ ਹੋਇਆ ਹੈ ਇਹਦੀ ਸਵਿਚੇਸ ਵਗੈਰਾ ਚੈੱਕ ਕਰੋ ਲਾਈਟ ਵਾਲੀ ਸਵਿਚ ਹੋਗੀ ਐਂਡ ਹੋਰ ਵੀ ਜਿਵੇਂ ਮੇਰੇ ਵਾਲ ਚ ਥੋੜੇ ਇੰਡੀਕੇਟ ਮਤਲਬ ਜ਼ਿਆਦਾ ਸਵਿਚੇ ਸੀਗੀਆਂ ਉਹ ਚੈੱਕ ਉਹ ਚੀਜ਼ ਵੀ ਚੈੱਕ ਕਰਨੀ ਹੈ ਪਲੱਸ ਜਿਹੜੇ ਕੂਲੈਂਟ ਵਗੈਰਾ ਜਿਵੇਂ ਮਤਲਬ ਲiquid coolant engine ਆ ਤਾਂ ਉਹ ਚੀਜ਼ ਤੁਸੀਂ ਚੈੱਕ ਕਰਨੀ ਹੈ ਕਿ ਜਿਹੜਾ ਉਹਦਾ ਮਤਲਬ ਕੂਲੈਂਟ ਵਗੈਰਾ ਉਹ ਪ੍ਰੋਪਰ ਹੈਗਾ ਕਿ ਨਹੀਂ ਜਿਵੇਂ ਮੇਰੇ ਵਾਲੇ ਬਾਈਕ ਦੇ ਵਿੱਚ ਘੱਟ ਸੀਗਾ ਹਨਾ ਮੈਨੂੰ ਸਮੱਸਿਆ ਆਈ ਉਹ ਉਹ ਚੀਜ਼ ਚੈੱਕ ਕਰਨੀ ਹੈ ਬਸ ਇਹੀ ਇੱਕ ਬੇਸਿਗੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਡੂਰਿੰਗ ਦਾ ਪੀਡੀਆਈ ਸੀ ਚੈੱਕ ਕਰਨੀਆਂ ਐ ਐਂਡ ਇਹ ਬਹੁਤ ਇੰਪੋਰਟੈਂਟ ਹੈ ਲੈਦਰ ਵਗੈਰਾ ਜਿਵੇਂ ਸੀਟ ਦਾ ਲੈਦਰ ਵਗੈਰਾ ਉਹ ਚੈੱਕ ਕਰ ਲੂਗੀ ਕਿ ਕਿਤੇ ਕੋਈ ਮਾਰਕ ਤਾਂ ਨਹੀਂ ਜਾਂ ਕਿਤੇ ਕੋਈ ਕੱਟ ਵਗੈਰਾ ਤਾਂ ਨਹੀਂ ਲੱਗਿਆ ਹੋਇਆ ਹੈਗਾ ਜਿਵੇਂ ਮੈਂ ਚੈੱਕ ਨਹੀਂ ਸੀ ਕੀਤੀ ਸੀ ਸੀਟ ਐਂਡ ਮੇਰੇ ਵਾਲ ਤੇ ਇੱਕ ਨਿਸ਼ਾਨ ਥੋੜਾ ਜਿਹਾ ਸੀਗਾ ਬਟ ਇਹ ਚਲੋ ਮੇਰੇ ਸੋਲਵ ਹੋ ਗਿਆ ਪ੍ਰੋਬਲਮ ਇਹਨੂੰ ਮੈਂ ਮਤਲਬ ਕੈਮੀਕਲ ਵਾਸ਼ ਕੀਤਾ ਐਂਡ ਇਹ ਬਿਲਕੁਲ ਸਹੀ ਹੋ ਗਿਆ ਉਤਰ ਗਿਆ ਉਹ ਸੋ ਇਹੀ ਚੀਜ਼ ਐ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਐਂਡ ਇਹ ਸਾਰੀਆਂ ਚੀਜ਼ਾਂ ਪਲੀਜ਼ ਜ਼ਰੂਰ ਇੱਕ ਕਰੀਓ ਆਪਦੇ ਵੀਹਿਕਲ ਦੇ ਵਿੱਚ ਚੈੱਕ ਕਰਿਓ ਲੈਣ ਤੋਂ ਪਹਿਲਾਂ ਜੇ ਹੋਰ ਵੀ ਅਸੀਂ ਕਿਸੇ ਤਰ੍ਹਾਂ ਦੀ ਵੀਡੀਓ ਦੇਖਣੀ ਚਾਹੁੰਦੇ ਹੋ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਿਓ ਮੈਂ ਜ਼ਰੂਰ ਬਣਾਉਣ ਦੀ ਟਰਾਈ ਕਰੂੰਗਾ ਥੈਂਕ ਯੂ ਸੋ ਮਚ